सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਜ਼ੀਆਂ ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਜਿੱਥੇ ਕਿ ਨਵੀਆਂ ਗਾਈਡਲਾਈਨਸ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਕਿ ਬੱਸਾਂ ਦੇ ਵਿੱਚ ਹੁਣ ਪੂਰੀਆਂ ਸਵਾਰੀਆਂ ਉਹ ਇਜਾਜ਼ਤ ਮਿਲ ਗਈ ਆ ਉਹਨਾਂ ਨੂੰ ਬੱਸ ਆਪਰੇਟਰਾਂ ਨੂੰ ਅਤੇ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਜਿਹੜੀ ਗਾਈਡਲਾਈਨਸ ਜਾਰੀ ਕੀਤੀ ਗਈ ਹੈ ਕਿ ਮਾਸਕ ਪਾਇਆ ਹੋਣਾ ਲਾਜ਼ਮੀ ਹੈ ਜਿੱਥੇ ਪਹਿਲੇ ਜਿਹੜੀ ਗਾਈਡਲਾਈਨ ਸੀਗੀ 50% ਸਵਾਰੀਆਂ ਦੇ ਨਾਲ ਸੀਗੀ ਪਰ ਹੁਣ ਜਿਹੜੀ ਨਵੀਂ ਗਾਈਡਲਾਈਨਸ ਜਾਰੀ ਹੋ ਚੁੱਕੀ ਹੈ ਸਵਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਔਰ ਦੂਜੇ ਪਾਸੇ ਜਿਹੜੀਆਂ ਹਦਾਇਤਾਂ ਕੀਤੀਆਂ ਕਿ ਮਾਸਕ ਪਾਇਆ ਹਰ ਸਵਾਰੀ ਦੇ ਲਾਜ਼ਮੀ ਹੈ ਦੇਖ ਸਕਦੇ ਹੋ ਕਿ ਲੁਧਿਆਣਾ ਬੱਸ ਸਟੈਂਡ 'ਤੇ ਕਿਸ ਤਰੀਕੇ ਦੇ ਇੰਤਜ਼ਾਮ ਕੀਤੇ ਗਏ ਨੇ ਇਹਨਾਂ ਦੇ ਹੱਥ 'ਚ ਵੀ ਇੱਥੇ ਸੈਨੇਟਾਈਜ਼ਰ ਫੜਿਆ ਔਰ ਜਿਹੜਾ ਵੀ ਯਾਤਰੀ ਆਉਂਦਾ ਆ ਸਭ ਤੋਂ ਪਹਿਲਾਂ ਇਹ ਉਹਨਾਂ ਦੀ ਸਕੈਨਿੰਗ ਕਰਦੇ ਨੇ ਫੀਵਰ ਚੈੱਕ ਕਰਦੇ ਫਿਰ ਉਸ ਤੋਂ ਬਾਅਦ ਟਿਕਟ ਲੈ ਕੇ ਆਪਣੀ ਯਾਤਰਾ ਤੈਅ ਕਰਦਾ ਦੇਖ ਸਕਦੇ ਹੋ ਕਿ ਲੁਧਿਆਣਾ ਬੱਸ ਸਟੈਂਡ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਜ਼ੀਆਂ ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਬਦਲਾਵ ਕੀਤੇ ਜਾ ਰਹੇ ਨੇ ਕਿ ਸੋਸ਼ਲ ਡਿਸਟੈਂਸਿੰਗ ਹੋਵੇ ਮਾਸਕ ਪਾਇਆ ਲਾਜ਼ਮੀ ਹੋਣਾ ਚਾਹੀਦਾ ਅਤੇ ਦੂਰੀ ਇੱਕ ਜਿਹੜੀ ਹੈ 2 ਗਜ਼ ਦੀ ਦੂਰੀ ਬਹੁਤ ਜ਼ਰੂਰੀ ਉਹ ਬਣਾ ਕੇ ਰੱਖਣੀ ਹੈ ਦੇਖ ਸਕਦੇ ਹੋ ਕਿ ਜਿਹੜੀ ਚੇਅਰਸ ਵੀ ਇੱਥੇ ਹੈਗੀਆਂ ਉਹਦੇ 'ਚ ਵੀ ਇੱਕ ਸੀਟ ਛੱਡੀ ਗਈ ਹੈ ਔਰ ਦੂਸਰਾ ਯਾਤਰੀ ਜਿਹੜਾ ਬੈਠਾ ਉਹ ਇੱਕ ਸੀਟ ਛੱਡ ਕੇ ਬੈਠਾ ਹੈ ਕਿਉਂਕਿ ਕੋਰੋਨਾ ਵਾਇਰਸ ਦਾ ਹਾਲੇ ਖਤਰਾ ਸਾਡੇ ਉੱਪਰੋਂ ਟਲਿਆ ਨਹੀਂ ਹੈ ਅਤੇ ਦੂਜੇ ਪਾਸੇ ਤਸਵੀਰਾਂ ਦੇ ਵਿੱਚ ਸਾਡੇ ਨਾਲ ਤੁਹਾਨੂੰ ਮਿਲਾ ਰਹੇ ਹਾਂ ਸੁਖਜੀਤ ਸਿੰਘ ਜੀ ਜੋ ਕਿ ਲੁਧਿਆਣਾ ਬੱਸ ਸਟੈਂਡ ਦੇ ਟ੍ਰੈਫਿਕ ਮੈਨੇਜਰ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਉਹਨਾਂ ਵੱਲੋਂ ਮੁਕੰਮਲ ਕੀਤੀਆਂ ਜਾ ਰਹੀਆਂ ਗੱਲਬਾਤ ਕਰ ਲੈਂਦੇ ਹਾਂ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਦੈਨਿਕ ਸਵੇਰਾ ਦੇ ਥੈਂਕ ਯੂ ਸਰ ਕਿਸ ਤਰ੍ਹਾਂ ਦੀ ਤਿਆਰੀਆਂ ਔਰ ਕੀ ਨਵੀਆਂ ਗਾਈਡਲਾਈਨਸ ਆਈਆਂ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਸਾਨੂੰ ਮੇਨ ਜਿਹੜੇ ਆ ਅਸੀਂ ਮਿਸ਼ਨ ਫਤਿਹ ਤਹਿਤ ਡੀਸੀ ਸਾਹਿਬ ਨੇ ਜੋ ਆਰਡਰ ਕੀਤੇ ਆ ਜਾਂ ਸਰਕਾਰ ਵੱਲੋਂ ਨੇ ਉਹਦੇ 'ਚ 3 ਚੀਜ਼ਾਂ ਨੂੰ ਮੇਨ ਰੱਖਿਆ ਗਿਆ ਸੋਸ਼ਲ ਡਿਸਟੈਂਸਿੰਗ ਹੱਥ ਵਾਰ ਵਾਰ ਧੋਣਾ ਧੋਣੇ ਜਿਵੇਂ ਵੀ ਇਹਨਾਂ ਨੂੰ ਉਹ ਗਾਈਡ ਕਰਨਾ ਅਤੇ ਬਾਕੀ ਸਾਰਿਆਂ ਨੇ ਮਾਸਕ ਪਾ ਕੇ ਰੱਖਣਾ ਮਾਸਕ ਸਾਰਿਆਂ ਨਾਲੋਂ ਵੱਧ ਜ਼ਰੂਰੀ ਆ ਮਾਸਕ ਤੋਂ ਬਿਨਾਂ ਅਸੀਂ ਕਿਸੇ ਦੀ ਟਿਕਟ ਵੀ ਨਹੀਂ ਕੱਟਾਂਗੇ ਟਰੈਵਲ ਨਹੀਂ ਕਰਾਵਾਂਗੇ ਸਵਾਰੀ ਨੂੰ ਜਿਹੜੀ ਬੱਸ ਕੋਲ ਜਿਹਦੇ ਕੋਲ ਮਾਸਕ ਨਹੀਂ ਹੋਵੇਗਾ ਸਰ ਜਿੱਥੇ ਪੰਜਾਬ ਸਰਕਾਰ ਦੀ ਜਿਹੜੀ ਪਹਿਲੇ ਗਾਈਡਲਾਈਨ ਸੀਗੀਆਂ ਕਿ 50% ਦੇ ਨਾਲ ਸਵਾਰੀਆਂ ਆਪਣੀ ਯਾਤਰਾ ਕਰ ਸਕਦੀਆਂ ਸੀ ਲੇਕਿਨ ਹੁਣ ਲੇਟੈਸਟ ਗਾਈਡਲਾਈਨਸ ਆਈਆਂ ਕਿ ਫੁੱਲ ਸਵਾਰੀਆਂ ਦੇ ਨਾਲ ਅਲਾਓ ਕੀਤਾ ਗਿਆ ਲੇਕਿਨ ਮਾਸਕ ਲਾਜ਼ਮੀ ਆ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜਾ ਡਿਸੀਜਨ ਹੋਇਆ ਡਿਸੀਜ਼ਨ ਤਾਂ ਇਟਸ ਅ ਵੈਰੀ ਗੁੱਡ ਡਿਸੀਜ਼ਨ ਪਰ ਇੱਦਾਂ ਆ ਅਜੇ ਨਿਊਜ਼ ਆ ਗਈਆਂ ਸਾਡੇ ਕੋਲ ਨੋਟੀਫਿਕੇਸ਼ਨ ਹੀ ਆਇਆ ਜਿਵੇਂ ਹੀ ਸਰਕਾਰ ਨੋਟੀਫਾਈ ਕਰੂਗੀ ਸਾਨੂੰ ਨੋਟੀਫਿਕੇਸ਼ਨ ਜਾਰੀ ਕਰੂਗੀ ਅਸੀਂ ਉਦੋਂ ਹੀ ਜਿੰਨੀਆਂ ਸਵਾਰੀਆਂ ਸਰਕਾਰ ਕਹੂਗੀ ਉਨੀਆਂ ਬਿਠਾਵਾਂਗੇ ਜਿਹੜੀ ਫਿਲਹਾਲ ਅੱਜ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਨਾਲ ਅਲਾਓ ਕਰ ਰਹੇ ਹੋ ਕਿ 50% ਹੈ ਔਰ ਅਸੀਂ ਹਜੇ 50% 'ਤੇ ਹੀ ਚੱਲ ਰਹੇ ਹਾਂ ਇਹ ਕਦੋਂ ਤੱਕ ਤੁਸੀਂ ਮਤਲਬ ਇਹ ਅਲਾਓ ਕਰ ਦੋਗੇ ਅੱਗੇ ਆਉਣ ਵਾਲੇ ਸਮੇਂ 'ਚ ਅੱਜ ਵਰਕਿੰਗ ਡੇ ਹੈਗਾ ਜੀ ਜਿਵੇਂ ਹੀ ਸਰਕਾਰ ਦੀ ਚਿੱਠੀ ਆਊਗੀ ਅਸੀਂ ਉਵੇਂ ਹੀ ਅਲਾਓ ਇਹ ਕੋਰੋਨਾ ਵਾਇਰਸ ਜਿਹੜਾ ਹੈਗਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਬੱਸਾਂ ਦੇ ਉੱਪਰ ਵੀ ਪ੍ਰਭਾਵ ਪਿਆ ਕਿ ਯਾਤਰੀ ਹਜੇ ਗੁਰੇਜ਼ ਕਰ ਰਹੇ ਨੇ ਆਪਣੀ ਸਫ਼ਰ ਕਰਨ ਦੇ ਲਈ ਜੀ ਯਾਤਰੀ ਤਾਂ ਕਾਫੀ ਘੱਟ ਨੇ ਜਿੱਦਾਂ ਸ਼ਡਿਊਲਡ ਹਜੇ ਬੱਸਾਂ ਪੂਰੀਆਂ ਨਹੀਂ ਚੱਲ ਰਹੀਆਂ ਪਿੰਡਾਂ 'ਚ ਨਹੀਂ ਚੱਲ ਰਹੀਆਂ ਹੌਲੀ ਹੌਲੀ ਹੁਣੇ ਵੱਧ ਜਾਣਗੀਆਂ ਤਾਂ ਲੋਕਾਂ ਦਾ ਡਰ ਵੀ ਨਿਕਲ ਜੂਗਾ ਪਰ ਅਸੀਂ ਪੂਰੀ ਉਹਨਾਂ ਨੂੰ ਅਪੀਲ ਕਰਦੇ ਹਾਂ ਲੋਕਾਂ ਨੂੰ ਵੀ ਜਿਹਨੇ ਵੀ ਸਫ਼ਰ ਕਰਨਾ ਪ੍ਰੋਪਰ ਮਾਸਕ ਸੈਨੇਟਾਈਜੇਸ਼ਨ ਅਤੇ ਕਰਨ ਅਸੀਂ ਉਹਨਾਂ ਦੀ ਰੱਖ ਲਈ ਪੂਰੇ ਤਿਆਰ ਸਰ ਜਿਹੜੇ ਪਹਿਲੇ ਰੂਟ ਸੀਗੇ ਸਭ ਤੋਂ ਵਿਅਸਤ ਰੂਟ ਸੀ ਉਹਨਾਂ 'ਚੋਂ ਇੱਕ ਲੁਧਿਆਣਾ ਚੰਡੀਗੜ੍ਹ ਹੋ ਗਿਆ ਲੁਧਿਆਣਾ ਅੰਮ੍ਰਿਤਸਰ ਹੋ ਗਿਆ ਪਹਿਲੇ ਕਿਹੜੀ ਸਵਾਰੀਆਂ ਦੀ ਤਦਾਦ ਸੀ ਔਰ ਅੱਜ ਮੌਜੂਦਾ ਹਾਲਾਤ ਕੀ ਹੈ ਸਵਾਰੀਆਂ ਨੂੰ ਲੈ ਕੇ ਕਿਉਂਕਿ ਅਜੇ ਅਸੀਂ ਚੱਲਦੀ 50% ਸਵਾਰੀ ਨਾਲ ਆ ਇਸ ਲਈ 50% ਸਵਾਰੀ ਸਾਡੀ ਪੂਰੀ ਹੁੰਦੀ ਹੈ ਅਤੇ ਇਸ ਤਰ੍ਹਾਂ ਦਾ ਨਹੀਂ ਕਿ ਬੱਸ ਖਾਲੀ ਜਾ ਰਹੀ ਹੋਵੇ ਨਹੀਂ ਮੈਂ ਬਿਲਕੁਲ ਇੱਥੇ ਕਿੰਨਾ ਸਮਾਂ ਦਿੱਤਾ ਜਾਂਦਾ ਸਵਾਰੀਆਂ ਭਰਨ ਦੇ ਲਈ ਇੱਕ ਬੱਸ ਅਸੀਂ 20 ਮਿੰਟ ਤੋਂ ਲੈ ਕੇ 40 ਮਿੰਟ ਤੱਕ ਬੱਸ ਨੂੰ ਟਾਈਮ ਦਿੰਦੇ ਹਾਂ ਅੱਛਾ ਬੱਸ ਆਪਰੇਟਰ ਜਿਹੜੇ ਡਰਾਈਵਰ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ 50 ਸਵਾਰੀਆਂ ਸੀਗੀਆਂ ਉੱਥੇ 25 ਬਿਠਾਉਂਦੇ ਸੀ ਲੇਕਿਨ ਉਹ 'ਚ ਵੀ 10 ਤੋਂ 12 ਹੀ ਅਸੀਂ ਲੈ ਕੇ ਜਾ ਰਹੇ ਸੀ ਕੋਈ ਇਸ ਤਰ੍ਹਾਂ ਦੀ ਵੀ ਗੱਲ ਹੈ ਕਈ ਰੂਟ ਕਈ ਵਾਰ ਜਿੱਦਾਂ ਮੰਡੇ ਵਰਕਿੰਗ ਡੇ ਆ ਫਰਾਈਡੇ ਵਰਕਿੰਗ ਡੇ ਆ ਕਈ ਇੱਕ ਅੱਧਾ ਦਿਨ ਵਿੱਚ ਵੀਕ 'ਚ ਇਹ ਜਾਂਦਾ ਜਿਸ ਦਿਨ ਲੋਕ ਟਰੈਵਲ ਘੱਟ ਕਰਦਾ ਉਦਣ ਇਹ ਦਿੱਕਤ ਸਾਨੂੰ ਆਈ ਜਿਹੜੇ ਲੋਕ ਯਾਤਰਾ ਕਰਨ ਦੀ ਆ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਮਾਧਿਅਮ ਰਾਹੀਂ ਅਸੀਂ ਕਹਾਂਗੇ ਉਹ ਸਾਡੇ ਕੋਲ ਆਉਣ ਅਸੀਂ ਉਹਨਾਂ ਦੀ ਪੂਰੀ ਸੇਫਟੀ ਦਾ ਧਿਆਨ ਰੱਖਾਂਗੇ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਵੀ ਉਹ ਸਫ਼ਰ ਦੌਰਾਨ ਮਾਸਕ ਪਾ ਕੇ ਰੱਖਣ ਆਪਣੇ ਹੱਥ ਸੈਨੇਟਾਈਜ਼ ਕਰਨ ਜਾਂ ਉਹਨੂੰ ਵਾਰ ਵਾਰ ਸਾਬਣ ਨਾਲ ਧੋਣ ਤਾਂ ਜ਼ਿਆਦਾ ਵਧੀਆ ਸੈਨੇਟਾਈਜੇਸ਼ਨ ਨਾਲ ਵੀ ਅਤੇ ਪ੍ਰੋਪਰ ਦੂਰੀ ਬਣਾ ਕੇ ਰੱਖਣਾ
सो ये सन साढ़े नाल मौजूद सुखजीत सिंह जी जो कि लुधियाना बस स्टैंड ट्रैफिक मैनेजर ने, उन्होंने साफ कहना है कि जिहड़ियां पंजाब सरकार दियां गाइडलाइनस है कि मास्क पा के रखना है, बिना मास्क पाए हुए किसी भी सवारी नूं अपनी यात्रा तय करन दी इजाजत वो नहीं देणगे। कैमरा परसन हिम्मत सिंह दे नाल वरुण सगड़, दैनिक सवेरा टीवी लुधियाना। दुख इस गल का नहीं सी कि मैनूं छड्ड के जा रही सी, दुख तो बस इस गल का सी कि इन्ने सालों तो आपां नाल सी पर मैं कदे अपने दिल दीआं गल्लां नहीं उहदे नाल साझियां कर सकिया। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठगा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद, मोबाइल 84374 94647, 84374 94648।